ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਰਮਾਤਮਾ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ। ਹਾਂ, ਇਸ ਦੇਖਣ ਝੋਨਾ ਬਹੁਤ ਵਧੀਆ ਖੜ੍ਹਾ, ਮੌਸਮ ਵੀ ਵਧੀਆ ਹੋਇਆ ਸੁਪਰੀਮ ਝੋਨਾ ਆਪਣਾ ਖੜ੍ਹਾ ਇੱਕ ਨੰਬਰ। ਬੂਝਾ ਵੀ ਬਹੁਤ ਬਣਾਇਆ ਝੋਨੇ ਨੇ, ਬਹੁਤ ਵਧੀਆ ਬੀਜ ਆ ਇਹ। ਜਾਣੀ ਕਿ ਆਪਣੇ ਤਾਂ ਨਹੀਂ ਕਦੇ, ਉਹ ਆ ਤੀਜਾ ਸਾਲ ਹੋ ਗਿਆ ਵੀ ਉਹ ਬੂਟੇ ਬੋਨਿਆ ਜੀ ਵਾਲੀ ਬਿਮਾਰੀ, ਆਪਣੇ ਤਾਂ ਨਹੀਂ ਅੱਜ ਤੱਕ ਆਈ ਮਹਾਰਾਜ ਦੀ ਕਿਰਪਾ ਨਾਲ। ਇਹ ਆਹ ਵੀ ਸੁਪਰੀਮ ਹੀ ਆ ਸਾਰਾ, ਬਹੁਤ ਵਧੀਆ ਹੋਇਆ ਸੁਪਰੀਮ ਝੋਨਾ। ਆਹ ਸੁਪਰੀਮ ਆ ਜਾਂਦਾ 31 ਆ ਗਿਆ, PR 131 ਨਾ, ਆਹ ਵੀ 131 ਹੋਈ ਸੱਚ, ਸੁਪਰੀਮ ਪਰਲਾ ਕਹਿ ਰਿਹਾ ਹੈਗਾ, ਸੋ ਗਲਤ ਕਿਹਾ ਗਿਆ ਸੀ, ਆਹ ਵੀ 131 ਹੋਈ ਆ। ਇਹ ਹੋ ਗਿਆ ਆਪਣਾ ਅੱਜ 45 ਦਿਨਾਂ ਦਾ ਹੋ ਗਿਆ ਝੋਨਾ। ਫਿਰ ਕੀ ਪ੍ਰਧਾਨ ਜੋ ਪਾ ਕੇ ਦੇਖੀ ਆ, ਇਹਦੇ ਚ ਫਰਕ ਤਾਂ ਪਿਆ ਥੋੜਾ ਜਿਹਾ, ਕੌੜਾ ਹੋ ਜਾਂਦਾ ਬੂਟਾ, ਹੋਰ ਤਾਂ ਕੁਛ ਨਹੀਂ ਇਹਦੇ ਨਾਲ। ਕਈ ਬੰਦੇ ਸਪਰੇ ਕਰਦੇ, ਆਪਾਂ ਇਹ ਪਾ ਦਈ ਸੀ, ਥੋੜੀ ਜਿਹੀ ਮਹਿੰਗੀ ਪੈ ਜਾਂਦੀ ਆ, ਇਹ ਹੋਰ ਤਾਂ ਕੁਛ ਨਹੀਂ। ਪ੍ਰਧਾਨ 8 ਕਿਲੋ ਪੈਂਦੀ ਆ ਕਿੱਲੇ ਦੀ, ਟਰੈਕਟਰ ਲੈ ਕੇ ਆਏ ਸੀ, ਆਈ ਠੰਡਾ ਹੀ ਸੀ, ਉਹ ਗਾਣੇ ਲਾਈ ਫਿਰਦਾ। ਪੂਰਾ ਮੌਸਮ ਵਧੀਆ ਹੋਇਆ ਪਰ ਮੀਂਹ ਨਹੀਂ ਪਿਆ ਇੱਥੇ ਦੱਖ ਏਰੀਏ 'ਚ, ਜਮਾਂ ਹੀ ਮਾੜਾ ਮੋਟਾ ਹੀ ਆ ਬਸ, ਬਿਲਕੁਲ ਮੀਂਹ ਨਹੀਂ ਆਇਆ। ਐਰਕੀ ਤਾਂ ਸੌਣ ਵੀ ਲੰਘਣ ਵਾਲਾ ਸਾਰਾ, ਪਤਾ ਨਹੀਂ ਕੀ ਚੱਕਰ ਆ, ਬੱਦਲ ਆਉਂਦਾ ਹੈਗਾ, ਮੀਂਹ ਪੈਂਦਾ ਹੀ ਨਹੀਂ, ਪਤਾ ਨਹੀਂ ਕੀ ਚੱਕਰ ਹੈ, ਐਰਕੀ ਤਾਂ ਬਾਰਿਸ਼ਾਂ ਜਮਾਂ ਹੀ ਨਹੀਂ ਹੋ ਰਹੀਆਂ। ਬਸ ਆ ਪਾਣੀ ਆ, ਦਵਾਈ ਕਰਕੇ ਖੜ੍ਹਾ ਕੀਤਾ, ਇਹ ਦਵਾਈ ਪਾਈ ਸੀ ਬਸ, ਹੁਣ ਬੰਦ ਕਰ ਦੇਣਾ। ਬਹੁਤ ਵਧੀਆ ਖੜ੍ਹਾ ਝੋਨਾ, ਤਾਂ ਸੁਪਰੀਮ ਦਿਖਾ ਦਿੰਦੇ ਆ ਤੁਹਾਨੂੰ, ਸੁਪਰੀਮ ਵੀ ਕਿਹੋ ਜਿਹਾ। ਅਰਲੀ ਲਾਈਟ ਚੱਲੀ ਜਾਂਦੀ ਆ, ਆਹ ਚਲੀ ਗਈ, ਦਿਨੇ ਚੱਲਦੀ ਸੀ। ਟਰੈਕਟਰ 'ਤੇ ਆਏ ਸੀਗੇ ਮੋਟਰ 'ਤੇ ਅੱਜ, ਬਸ ਚੱਲ ਗਿਆ ਇਹ ਹੁਣ 75 ਘੰਟੇ ਕਿਰਾਈ ਦੇਣੀ ਹੈ ਸਰਵਿਸ, 100 'ਤੇ ਕਹਿੰਦੇ ਆਪਾਂ ਕਿਰਾਈ ਦੇਣੀ ਹੈ ਇਹਦੀ। ਆ ਸਪੀਕਰ ਸਪੂਕਰ ਚੱਲੀ ਜਾਂਦੀ ਆ ਵਧੀਆ ਇਹਦੇ, ਚੂਕ ਰਹੇ ਸੀਗੇ ਇਹਦੀ, 650 ਕੀਤੀ ਸੀ, 650 ਤੋਂ ਘੱਟ ਨਹੀਂ ਚਾਹੀਦੀ ਇਹਦੀ, 700 ਹੀ ਹੋਵੇ ਚਾਹੇ, ਲੋ ਸਪੀਡ ਇਹਦੀ 650 ਆ, ਪੜ੍ਹ ਕੇ ਦੇਖ ਲਿਓ ਉਹਦੇ 'ਤੇ ਕਦੇ ਕਿਹੜਾ ਉਹਦਾ ਆਉਂਦਾ ਵਾ ਉਹ ਬਾਊਚਰ ਜੇ ਨਾਲ। ਆਹ ਸੁਪਰੀਮ ਝੋਨਾ ਆਪਣਾ, ਇਹ ਵੀ ਖੜ੍ਹਾ ਮਾਰੋ ਮਾਰ, ਇਹ ਥੋੜ੍ਹਾ ਜਿਹਾ ਕਾਦੇ ਦਾ ਹੋ ਗਿਆ, ਦੇਖੋ ਪੂਰਾ ਵਧੀਆ ਖੜ੍ਹਾ ਸੁਪਰੀਮ ਵੀ। ਇਹ 45, ਇਹ 3 ਕੁ ਦਿਨ 48 ਦਿਨਾਂ ਦਾ ਹੋਊ, ਇੰਨਾ ਕੁ ਫਰਕ ਆ ਹੋਇਆ, ਬਹੁਤ ਵਧੀਆ ਇਹ ਵੀ। ਗੰਨਾ ਆ ਗਿਆ ਆਪਣਾ ਥੋੜ੍ਹਾ ਜਿਹਾ,
ਆਹ 31 ਆ, ਉਹ ਵੀ 31 ਆ, ਆਹ ਸੁਪਰੀਮ ਆ, ਵਧੀਆ ਝੋਨਾ। ਅਰੇ ਉਹ ਪਾਤਾ ਆਪਾਂ, ਤਿੰਨ ਤਿੰਨ ਗੇਰੀ ਪੈ ਗਿਆ ਸਮਝੋ ਇਹਨਾਂ 'ਚ, 45-45 ਕਿਲੋ, ਬਸ ਹੁਣ ਨਹੀਂ ਪਾਉਣਾ, ਬਹੁਤ ਪੈ ਗਿਆ। ਬਸ ਇਹ 'ਚ ਡਾਈ ਪਾਇਆ ਸੀ ਆਪਾਂ 20-20 ਕਿਲੋ ਕੀਲੇ ਦਾ, 15-20, ਅਤੇ ਯੂਰੀਆ ਪਾਇਆ, ਹੋਰ ਕੁਛ ਨਹੀਂ ਪਾਇਆ, ਨਾ ਜਿੰਕ, ਨਾ ਕੋਈ ਹੋਰ ਪੋਟਾਸ਼, ਕੁਛ ਵੀ ਨਹੀਂ, ਬਸ ਆ ਪਦਾਨ ਪਾਈ ਆ ਹੁਣ, ਉਹ ਵੀ ਗੱਟੂ ਗੱਟੂ ਰਿਹਾ ਸੀ, ਉਹਦੇ 'ਚ ਹੀ ਰਲਾ ਲਈ ਸੀਗੀ, ਉਹ ਪਾਈ ਆ ਬਸ, ਆਹੋ ਇਹ ਆ, ਆਹ 3-4 ਦਿਨ ਪਾਈ ਨੂੰ, ਹੋਰ ਕੱਖ ਵੀ ਨਹੀਂ ਪਾਇਆ ਵਿੱਚ। ਬਸ ਆਹ ਮਹੀਨੇ ਤੋਂ ਹੀ ਹੁਣ ਪੈਣ ਲੱਗਣੀ ਹੁੰਦੀ ਆ ਸੁੰਡੀ, ਅਗਸਤ ਮਹੀਨੇ 'ਚ ਜਿਹੜੀ ਗੋਭ ਦੀ ਸੁੰਡੀ ਆ, ਬਾਅਦ 'ਚ ਫਿਰ ਆ ਜਾਲਾ ਲੱਗ ਗਿਆ ਪੈਣ ਹੁਣ, ਉਹਦੇ ਆ ਟਾਈਮ ਸੀ ਆ ਪੱਤਾ ਲਪੇਟ ਅਤੇ ਗੋਭ ਦੀ ਸੁੰਡੀ ਦਾ, ਅਤੇ ਤੇਲੇ ਦਾ ਹਲੇ ਗਾਹਾਂ ਚੱਲਣਾ ਟਾਈਮ, ਗੇੜਾ ਦੇਣ ਆਏ ਸੀ। ਚਲੀਏ ਮਿਲਦੇ ਹਾਂ ਕਿਸੇ ਵੀਡੀਓ, ਵੀਡੀਓ ਦੇਖਣੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।